ਕਬੱਡੀ ਖੇਡਣ ਵਾਲਿਆਂ ਨੇ ਅੱਜ ਜੋਹਰ ਵਿਖਾਣੇ ਨੇ ਪੰਜੇ ਨਾਲ। ਅੱਜ ਕੱਲ ਤੋਂ ਪੰਜਾਬ ਮੇ ਮੇਲਾ ਲਗਾ ਹੁਆ ਹੈ ਕਿਉਂਕਿ ਕਬੱਡੀ ਵਰਲਡ ਟੂਰਨਾਮੈਂਟ ਹੋ ਰਹਾ ਹੈ ਜਿਸਮੇ ਸਾਰੀ ਦੁਨੀਆ ਕੀ ਟੀਮੇ ਆਈ ਹੋਈ ਹੈ। ਇਹ 5 ਮਹੀਨੇ ਸੋ ਜੋ ਹੈ ਹਮ ਦਿਨ ਰਾਤ ਜੋ ਹੈ ਕਬੱਡੀ ਵਰਲਡ ਕੱਪ ਕੋ ਅਰੇਂਜ ਕਰਨੇ ਮੇ ਮਿਹਨਤ ਕਰਤੇ ਰਹੇ ਹੈ। ਪਾਕਿਸਤਾਨ ਪਹਿਲੀ ਵਾਰ ਆਏ ਹੈ, ਲਾਹੌਰ ਬਹੁਤ ਵਧੀਆ ਹੈ, ਲਾਹੌਰ ਐਨ ਇੱਕ ਨੰਬਰ ਹੈ। ਲੋਕ ਆਪਸੇ ਡਰਤੇ ਹੈ, ਬੈਲ ਕੀ ਮਾਨਤ ਹੋਤੇ ਹੈ, ਕਬੱਡੀ ਕੇ ਖਿਲਾੜੀ ਹੈ, ਯੇ ਬੈਲ ਕੀ ਮਾਨਤ ਹੋਤੇ ਹੈ। ਹਾਂਜੀ, ਬੈਲ ਕੀ ਮਾਨਤ ਸਮਝ ਲੀਂਗੇ, ਕੋ ਤਾਕਤ ਕੋ ਮਿਸ ਯੂਜ਼ ਨਹੀਂ ਕਰਤੇ। ਆਪ ਯੇ ਬਤਾਏ ਕਿ ਕਵਾਂ ਜੋ ਕਬੱਡੀ ਹੈ ਔਰ ਪਾਕਿਸਤਾਨ ਕੀ ਕਬੱਡੀ ਹੈ, ਇਸਮੇ ਕੋਈ ਫਰਕ ਹੈ? ਇੱਕੋ ਜੀ ਲੱਗਦਾ, ਥੋੜਾ ਮੋਟਾ ਚੇਂਜ ਹੈ। ਇਹ ਕਿਸੇ ਨੇ ਇਜ਼ਹਾਰ ਕਰ ਦਿਆ ਹੋ? ਨਹੀਂ, ਆਪਣਾ ਆਈ ਲਵ ਯੂ ਦੇਖ ਕੇ ਆਪ ਕੋ। ਸਾਨੂੰ ਤਾਂ ਕੋਈ ਮੈਚ ਵਾਲਾ ਹੀ ਫੋਨ ਕਰਦਾ ਵੀ ਸਵੇਰੇ ਸਾਡਾ ਮੈਚ ਖੇਡ ਦਿਓ। ਔਰ ਕੈਂਚੀ ਆਪਕੀ ਛੁੜਾ ਕੋਈ ਨਹੀਂ ਸਕਦਾ? ਨਹੀਂ, ਕੈਂਚੀ ਨਹੀਂ ਛੁੜਾ ਸਕਦਾ। ਅਸੀਂ ਕਬੱਡੀ ਨੂੰ ਕਿਸ ਤਰ੍ਹਾਂ ਔਰ ਬੜੋਤੀ ਦੇ ਸਕਨੇ ਆ? ਜਿੱਦਾਂ ਹੁਣ ਤੁਸੀਂ ਆ ਇਵੈਂਟ ਰੱਖਿਆ, ਵਰਲਡ ਕੱਪ ਰੱਖਿਆ ਆ, ਇਹਦੇ ਨਾਲ ਕਬੱਡੀ ਆਪ ਕਬੱਡੀ ਨੂੰ ਆਪਾਂ ਉੱਪਰ ਲੈ ਜਾ ਸਕਦੇ ਆ। ਕਬੱਡੀ ਦਾ ਕੀ ਖਾਸ ਦਾਅ ਹੈ ਜੋ ਆਪ ਲਗਾਤੇ ਹੈ? ਬਾਜ਼ੂ ਪਕੜਤਾ ਹੂੰ। ਬੀੜੀ ਪਕੜਤੇ ਹੈ ਜੀ? ਕਭੀ ਕਿਸੀ ਲੜਕੀ ਕੀ ਬੀੜੀ ਵੀ ਪਕੜੀ ਹੈ? ਨਹੀਂ, ਐਸਾ ਮੌਕਾ ਹੀ ਨਹੀਂ ਕਭੀ ਮਿਲਾ।